ਡਾਕਟਰਾਂ ਦੀ ਲਿਖਾਈ ਇੰਨੀ ਜ਼ਿਆਦਾ ਗੰਦੀ ਕਿਉਂ ਹੁੰਦੀ ਹੈ? ਲੋਕ ਆਪਣੇ ਖੱਬੇ ਹੱਥ ਦੇ ਵਿੱਚ ਹੀ ਘੜੀ ਕਿਉਂ ਪਾਉਂਦੇ ਨੇ? ਇੰਡੀਆ ਦੇ ਜਿੰਨੇ ਵੀ ਨੇਤਾ ਜਾਂ ਕਹੀਏ ਜਿੰਨੇ ਵੀ ਲੀਡਰ ਨੇ, ਉਹ ਜ਼ਿਆਦਾਤਰ ਚਿੱਟਾ ਕੁੜਤਾ ਪਜਾਮਾ ਕਿਉਂ ਪਾਉਂਦੇ ਨੇ? ਅਜਿਹੀ ਰੋਚਕ ਤੱਥ ਚੈਨਲ ਲਈ ਜੁੜੇ ਰਹੋ ਮੇਰੇ ਨਾਲ, ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਸਮੋਆ ਨਾਮ ਦਾ ਇੱਕ ਅਜਿਹਾ ਦੇਸ਼ ਹੈ ਜਿਹੜਾ ਕਿ ਆਪਣੀ ਖੂਬਸੂਰਤੀ ਅਤੇ ਸੋਹਣੇ ਆਈਲੈਂਡ ਕਰਕੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਇਸ ਦੇਸ਼ ਦੇ ਵਿੱਚ ਜੇਕਰ ਕੋਈ ਆਦਮੀ ਆਪਣੀ ਪਤਨੀ ਦਾ ਬਰਥਡੇ ਭੁੱਲ ਜਾਂਦਾ ਹੈ ਤਾਂ ਉਸ ਨੂੰ ਜੇਲ੍ਹ ਹੋ ਜਾਂਦੀ ਹੈ, ਉਹ ਵੀ 1-2 ਸਾਲ ਦੀ ਨਹੀਂ ਬਲਕਿ ਪੂਰੇ 5 ਸਾਲ ਦੀ। ਮੀਡੀਆ ਦੇ ਵਿੱਚ ਛਪੀਆਂ ਰਿਪੋਰਟਾਂ ਦੇ ਅਨੁਸਾਰ ਜੇਕਰ ਇੱਥੇ ਕੋਈ ਆਦਮੀ ਆਪਣੀ ਪਤਨੀ ਦਾ ਬਰਥਡੇ ਭੁੱਲ ਜਾਂਦਾ ਹੈ ਤਾਂ ਪਹਿਲੀ ਵਾਰ ਉਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਂਦਾ ਹੈ, ਪਰ ਇਸ ਤੋਂ ਬਾਅਦ ਵੀ ਜੇਕਰ ਉਹ ਆਦਮੀ ਫਿਰ ਤੋਂ ਇਹੀ ਗਲਤੀ ਨੂੰ ਦੁਬਾਰਾ ਕਰਦਾ ਹੈ ਤਾਂ ਉਸ ਨੂੰ ਜੁਰਮਾਨਾ ਲਗਾ ਕੇ 5 ਸਾਲਾਂ ਦੇ ਲਈ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਇੰਡੀਆ ਦੇ ਜ਼ਿਆਦਾਤਰ ਨੇਤਾ ਤੁਸੀਂ ਦੇਖਿਆ ਹੀ ਹੋਣਾ ਹੈ, ਹਮੇਸ਼ਾ ਚਿੱਟੇ ਰੰਗ ਦੇ ਹੀ ਕੱਪੜੇ ਪਾਉਂਦੇ ਨੇ। ਉਹ ਅਜਿਹਾ ਇਸ ਲਈ ਕਰਦੇ ਨੇ ਕਿਉਂਕਿ ਚਿੱਟੇ ਰੰਗ ਨੂੰ ਹਮੇਸ਼ਾ ਸੱਚ ਅਤੇ ਅਹਿੰਸਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਦਕਿ ਕੁੜਤਾ ਪਜਾਮਾ, ਧੋਤੀ ਕੁੜਤਾ, ਸੂਟ ਤੇ ਸਾੜੀ ਇਹ ਸਾਰੇ ਇੰਡੀਅਨ ਕਲਚਰ ਦਾ ਹਿੱਸਾ ਨੇ। ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਉਣ ਤੇ ਤੁਹਾਡੇ ਵਿੱਚ ਇੱਕ ਸਾਦਗੀ ਦਿਖਾਈ ਦਿੰਦੀ ਹੈ ਤੇ ਇਹ ਇੱਕ ਲੀਡਰਸ਼ਿਪ ਨੂੰ ਵੀ ਦਰਸਾਉਂਦਾ ਹੈ। ਇਹੀ ਕਾਰਨਾਂ ਕਰਕੇ ਜ਼ਿਆਦਾਤਰ ਇੰਡੀਅਨ ਲੀਡਰ ਤੇ ਸਮਾਜ ਸੇਵੀ ਚਿੱਟਾ ਕੁੜਤਾ ਪਜਾਮਾ ਪਾਉਂਦੇ ਨੇ। ਇਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੋਵੇਗਾ ਕਿ ਸਾਡਾ ਦਿਮਾਗ ਸਾਡੇ ਸਰੀਰ ਨੂੰ ਕੰਟਰੋਲ ਕਰਦਾ ਹੈ, ਪਰ ਕੀ ਤੁਸੀਂ ਇਹ ਜਾਣਦੇ ਹੋ ਕਿ ਸਰਜਰੀ ਦੇ ਸਮੇਂ ਸਾਡੇ ਦਿਮਾਗ ਨੂੰ ਅੱਧਾ ਕੱਟ ਕੇ ਅੱਡ ਰੱਖਿਆ ਜਾ ਸਕਦਾ ਹੈ ਤੇ ਅਜਿਹਾ ਕਰਨ ਦੇ ਨਾਲ ਸਾਡੇ ਦਿਮਾਗ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਸਰ ਨਹੀਂ ਪਵੇਗਾ ਤੇ ਸਾਡਾ ਦਿਮਾਗ ਲਗਾਤਾਰ 40 ਸਾਲਾਂ ਤੱਕ ਵੱਧਦਾ ਰਹਿੰਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਅਸੀਂ ਨਹੁੰ ਕੱਟਦੇ ਹਾਂ ਤਾਂ ਸਾਡੇ ਦਰਦ ਕਿਉਂ ਨਹੀਂ ਹੁੰਦਾ। ਇਸ ਦੇ ਪਿੱਛੇ ਵੀ ਇੱਕ ਸਾਇੰਸ ਹੈ, ਕਿਉਂਕਿ ਨਹੁੰ ਸਾਡੇ ਸਰੀਰ ਦੇ ਡੈੱਡ ਸੈੱਲ ਦੇ ਨਾਲ ਬਣੇ ਹੁੰਦੇ ਨੇ ਤੇ ਇਹ ਸਾਰੀਆਂ ਕੋਸ਼ਿਕਾਵਾਂ ਬੇਜਾਨ ਹੁੰਦੀਆਂ ਨੇ। ਇਹੀ ਕਾਰਨ ਕਰਕੇ ਨਹੁੰ ਕੱਟਣ ਤੇ ਸਾਨੂੰ ਦਰਦ ਨਹੀਂ ਹੁੰਦਾ, ਪਰ ਸਾਡਾ ਪੂਰਾ ਨਹੁੰ ਡੈੱਡ ਸੈੱਲ ਦੇ ਨਾਲ ਨਹੀਂ ਬਣਿਆ ਹੁੰਦਾ। ਇਸ ਕਰਕੇ ਜਦੋਂ ਸਾਡਾ ਥੋੜਾ ਜਿਹਾ ਕੱਚਾ ਨਹੁੰ ਕੱਟਿਆ ਜਾਂਦਾ ਹੈ ਤਾਂ ਸਾਨੂੰ ਦਰਦ ਜ਼ਰੂਰ ਹੁੰਦਾ ਹੈ। ਤੁਸੀਂ ਅੱਜ ਤੱਕ ਅਜਿਹੇ ਬਹੁਤ ਸਾਰੇ ਪਿੰਡ ਤੇ ਸ਼ਹਿਰ ਦੇਖੇ ਹੋਣੇ ਨੇ ਜਿੱਥੇ ਇਨਸਾਨ ਰਹਿੰਦੇ ਨੇ, ਪਰ ਮੈਂ ਹੁਣ ਅਜਿਹੇ ਤੁਹਾਨੂੰ ਪਿੰਡ ਬਾਰੇ ਦੱਸੂਗਾ ਜਿੱਥੇ ਇਨਸਾਨ ਨਹੀਂ ਬਲਕਿ ਪੁਤਲੇ ਰਹਿੰਦੇ ਨੇ। ਇਸ ਪਿੰਡ ਦਾ ਨਾਮ ਹੈ ਨਗੋਰੋ ਤੇ ਪੁਤਲਿਆਂ ਕਰਕੇ ਇਸ ਪਿੰਡ ਨੂੰ ਭੂਤੀਆ ਪੁਤਲਿਆਂ ਵਾਲਾ ਪਿੰਡ ਵੀ ਕਿਹਾ ਜਾਂਦਾ ਹੈ। ਇਸ ਪਿੰਡ ਦੇ ਵਿੱਚ ਸਿਰਫ 29 ਲੋਕ ਰਹਿੰਦੇ ਨੇ ਤੇ ਇੱਥੇ 300 ਤੋਂ ਜ਼ਿਆਦਾ ਪੁਤਲੇ ਨੇ। ਅਮੈਰੀਕਨ ਜਰਨਲ ਪਬਲਿਕ ਆਫ ਹੈਲਥ ਦੇ ਵਿੱਚ ਇੱਕ ਛਪੀ ਰਿਪੋਰਟ ਦੇ ਅਨੁਸਾਰ ਜਿਹੜੇ ਲੋਕ ਖੱਬੂ ਹੁੰਦੇ ਨੇ, ਜਾਣੀ ਕਿ ਜਿਹੜੇ ਲੋਕ ਜ਼ਿਆਦਾਤਰ ਆਪਣਾ ਕੰਮ ਲੈਫਟ ਹੈਂਡ ਜਾਣੀ ਕਿ ਖੱਬੇ ਹੱਥ ਦੇ ਨਾਲ ਕਰਦੇ ਨੇ, ਉਹ ਸੱਜੇ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਤੋਂ 9 ਮਹੀਨੇ ਘੱਟ ਜਾਂਦੇ ਨੇ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਸ ਦੁਨੀਆ ਦੇ ਵਿੱਚ ਜ਼ਿਆਦਾਤਰ ਚੀਜ਼ਾਂ ਸੱਜੇ ਹੱਥ ਦੇ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਹਿਸਾਬ ਦੇ ਨਾਲ ਹੀ ਬਣਾਈਆਂ ਹੁੰਦੀਆਂ ਨੇ, ਜਿਸ ਕਾਰਨ ਖੱਬੂ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨ ਵੇਲੇ ਜਾਂ ਕਹੀਏ ਵਰਤਣ ਵੇਲੇ, ਤੇ ਖੱਬੂ ਲੋਕਾਂ ਦੇ ਵਿੱਚ ਐਕਸੀਡੈਂਟ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਨੇ, ਜਿਸ ਕਾਰਨ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ। ਕਜ਼ਾਕਿਸਤਾਨ ਦੇ ਵਿੱਚ ਇੱਕ ਅਜਿਹਾ ਪਿੰਡ ਹੈ ਜਿੱਥੋਂ ਦੇ ਲੋਕ ਕਈ ਕਈ ਮਹੀਨੇ ਸੁੱਤੇ ਰਹਿੰਦੇ ਨੇ। ਕਜ਼ਾਕਿਸਤਾਨ ਦੇ ਇਸ ਪਿੰਡ ਦਾ ਨਾਮ ਹੈ ਕਲਾਚੀ ਤੇ ਇਸ ਨੂੰ ਸਲੀਪਿੰਗ ਹੋਲੋ ਪਿੰਡ ਵੀ ਕਿਹਾ ਜਾਂਦਾ ਹੈ। ਇਸ ਪਿੰਡ ਦੇ ਲੋਕਾਂ ਦਾ ਇਹ ਹਾਲ ਹੈ ਕਿ ਜੇਕਰ ਇੱਕ ਵਾਰ ਸੌਂ ਜਾਣ ਫਿਰ ਤੁਸੀਂ ਕਿੰਨਾ ਵੀ ਰੌਲਾ ਪਾ ਲਓ, ਕੋਈ ਵੀ ਹਰਕਤ ਕਰ ਲਓ, ਫਿਰ ਤੋਂ ਨਹੀਂ ਉੱਠਦੇ। ਤੁਸੀਂ ਇਹ ਚੀਜ਼ ਜ਼ਰੂਰ ਨੋਟ ਕੀਤੀ ਹੋਣੀ ਹੈ ਕਿ ਤੁਹਾਡੇ ਆਲੇ ਦੁਆਲੇ ਜਿੰਨੇ ਵੀ ਲੋਕ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਖੱਬੇ ਹੱਥ ਦੇ ਵਿੱਚ ਹੀ ਘੜੀ ਨੂੰ ਪਾਉਂਦੇ ਨੇ। ਇਸ ਦੇ ਪਿੱਛੇ ਇੱਕ ਆਮ ਕਾਰਨ ਤਾਂ ਇਹ ਹੈ ਕਿ ਅਸੀਂ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਕੰਮ ਜ਼ਿਆਦਾਤਰ ਆਪਣੇ ਸੱਜੇ ਹੱਥ ਦੇ ਨਾਲ ਕਰਦੇ ਹਾਂ, ਜਿਸ ਕਰਕੇ ਸਾਡਾ ਸੱਜਾ ਹੱਥ ਆਮ ਤੌਰ ਤੇ ਬਿਜੀ ਰਹਿੰਦਾ ਹੈ। ਇਸ ਕਾਰਨ ਕਰਕੇ ਘੜੀ ਨੂੰ ਸੇਫ ਰੱਖਣ ਦੇ ਲਈ ਅਸੀਂ ਖੱਬੇ ਹੱਥ ਦੇ ਵਿੱਚ ਇਸ ਨੂੰ ਪਾਉਂਦੇ ਹਾਂ। ਦੂਜਾ ਇਸ ਦਾ ਕਾਰਨ ਇਹ ਹੈ ਕਿ ਅਸੀਂ ਜ਼ਿਆਦਾਤਰ ਚੀਜ਼ਾਂ ਨੂੰ ਆਪਣੇ ਸੱਜੇ ਹੱਥ ਦੇ ਨਾਲ ਹੀ ਫੜਦੇ ਹਾਂ, ਜੇਕਰ ਉਸ ਸਮੇਂ ਸਾਨੂੰ ਟਾਈਮ ਦੇਖਣਾ ਪੈ ਜਾਵੇ ਤੇ ਅਸੀਂ ਨਹੀਂ ਦੇਖ ਪਾਵਾਂਗੇ। ਚੀਨ ਦੇ ਸ਼ੀਚੁਆਨ ਦੇ ਵਿੱਚ ਇੱਕ ਅਜਿਹਾ ਪਿੰਡ ਹੈ ਜਿੱਥੋਂ ਦੇ ਸਾਰੇ ਲੋਕ ਬੌਨੇ ਨੇ। ਇੱਥੇ ਬੱਚੇ ਨੋਰਮਲ ਪੈਦਾ ਹੁੰਦੇ ਨੇ ਤੇ ਉਹਨਾਂ ਦੀ ਲੰਬਾਈ ਵੀ ਵੱਧਦੀ ਹੈ, ਪਰ ਜਦੋਂ ਉਹ 7 ਸਾਲ ਦੇ ਹੋ ਜਾਂਦੇ ਨੇ ਤਾਂ ਉਹਨਾਂ ਦੀ ਲੰਬਾਈ ਵਧਣੀ ਰੁਕ ਜਾਂਦੀ ਹੈ। ਇਸ ਕਰਕੇ ਇਸ ਪਿੰਡ ਦੇ ਸਾਰੇ ਲੋਕ ਬੌਨੇ ਨੇ ਤੇ ਇਸ ਨੂੰ ਇੱਕ ਸ਼ਰਾਪਤ ਪਿੰਡ ਵੀ ਕਿਹਾ ਜਾਂਦਾ ਹੈ। ਇਹ ਜਿਹੜੀ ਤੁਸੀਂ ਨਦੀ ਦੇਖ ਰਹੇ ਹੋ ਇਹ ਗਿਰਗੜ ਦੀ ਤਰ੍ਹਾਂ ਰੰਗ ਬਦਲਦੀ ਹੈ ਤੇ ਇਹ ਕੋਲੰਬੀਆ ਦੇਸ਼ ਦੇ ਵਿੱਚ ਹੈ। ਇਸ ਨੂੰ ਕੈਨੋ ਕ੍ਰਿਸਟਲ ਨਦੀ ਦੇ ਨਾਮ ਨਾਲ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਇਸ ਨਦੀ ਦੀ ਖਾਸ ਗੱਲ ਇਹ ਹੈ ਕਿ ਇਹ ਮੌਸਮ ਦੇ ਹਿਸਾਬ ਦੇ ਨਾਲ ਆਪਣਾ ਰੰਗ ਬਦਲਦੀ ਹੈ ਤੇ ਇਸ ਨਦੀ ਨੂੰ ਰਿਵਰ ਆਫ 5 ਕਲਰ ਵੀ ਕਿਹਾ ਜਾਂਦਾ ਹੈ। ਇਸ ਨਦੀ ਦੇ ਰੰਗ ਬਦਲਣ ਦੇ ਪਿੱਛੇ ਵੀ ਵਿਗਿਆਨ ਹੈ, ਕਿਉਂਕਿ ਇਹ ਨਦੀ ਦੀ ਸਤ੍ਹਾ ਤੇ ਕਈ ਤਰ੍ਹਾਂ ਦੀ ਬਨਸਪਤੀ ਹੁੰਦੀ ਹੈ ਤੇ ਸਾਰੀ ਬਨਸਪਤੀ ਇਸ ਦੇ ਪਾਣੀ ਦੇ ਥੱਲੇ ਹੁੰਦੀ ਹੈ ਤੇ ਜਿਵੇਂ ਹੀ ਇਹ ਬਨਸਪਤੀ ਆਪਣਾ ਰੰਗ ਬਦਲਦੀ ਹੈ ਇਸ ਨਦੀ ਦਾ ਵੀ ਰੰਗ ਬਦਲ ਜਾਂਦਾ ਹੈ। ਜਦੋਂ ਵੀ ਤੁਹਾਨੂੰ ਬੁਖਾਰ ਹੁੰਦਾ ਹੈ ਤਾਂ ਤੁਹਾਡੇ ਸਰੀਰ ਦੇ ਵਿੱਚ ਦਰਦ ਵੀ ਹੋਣ ਲੱਗ ਜਾਂਦਾ ਹੈ। ਜਦੋਂ ਵੀ ਤੁਹਾਨੂੰ ਵਾਇਰਲ ਫੀਵਰ ਜਾਂ ਨੋਰਮਲ ਬੁਖਾਰ ਹੋਵੇ ਤਾਂ ਤੁਹਾਡਾ ਸਰੀਰ ਪੂਰੀ ਤਰ੍ਹਾਂ ਦੇ ਨਾਲ ਤਪਣ ਲੱਗ ਜਾਂਦਾ ਹੈ ਜਾਂ ਕਹੀਏ ਗਰਮ ਹੋ ਜਾਂਦਾ ਹੈ ਤੇ ਸਾਡੇ ਸਰੀਰ ਦੇ ਵਿੱਚ ਦਰਦ ਵੀ ਹੋਣਾ ਸ਼ੁਰੂ ਹੋ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਜਿਵੇਂ ਹੀ ਤੁਸੀਂ ਕਿਸੇ ਵਾਇਰਸ ਦੀ ਚਪੇਟ ਦੇ ਵਿੱਚ ਆ ਕੇ ਬਿਮਾਰ ਹੁੰਦੇ ਹੋ ਤਾਂ ਤੁਹਾਡੇ ਸਰੀਰ ਦਾ ਇਮਿਊਨ ਸਿਸਟਮ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਸਾਡੇ ਸਰੀਰ ਦੇ ਵਿੱਚ ਚਿੱਟੇ ਸੈੱਲ ਐਕਟਿਵ ਹੋ ਜਾਂਦੇ ਨੇ ਤੇ ਉਹ ਵਾਇਰਸ ਦੇ ਨਾਲ ਲੜਨ ਲੱਗ ਜਾਂਦੇ ਨੇ। ਇਸ ਰਿਐਕਸ਼ਨ ਦੇ ਕਾਰਨ ਹੀ ਸਾਡੇ ਸਰੀਰ ਦੇ ਵਿੱਚ ਸੋਜ ਆਉਂਦੀ ਹੈ ਤੇ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ।
ਇਹ ਆਈਲੈਂਡ ਹਰ 6 ਮਹੀਨੇ ਬਾਅਦ ਆਪਣਾ ਦੇਸ਼ ਬਦਲ ਲੈਂਦਾ ਹੈ ਤੇ ਅਜੇ ਹਾਲ ਲਗਾਤਾਰ ਪਿਛਲੇ 364 ਸਾਲਾਂ ਤੋਂ ਹੋ ਰਿਹਾ ਹੈ। ਇਸ ਆਈਲੈਂਡ ਦਾ ਨਾਮ ਹੈ ਪਲੇਜ਼ੈਂਟ। ਇਹ ਸਪੇਨ ਅਤੇ ਫਰਾਂਸ ਦੇ ਵਿਚਕਾਰ ਹੈ। ਸਾਲ 1669 ਦੇ ਵਿੱਚ ਇਸ ਆਈਲੈਂਡ ਨੂੰ ਲੈ ਕੇ ਫਰਾਂਸ ਅਤੇ ਸਪੇਨ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਸੀ ਕਿ ਇਸ ਤੇ 6 ਮਹੀਨੇ ਸਪੇਨ ਰਾਜ ਕਰੇਗਾ ਤੇ 6 ਮਹੀਨੇ ਇਸ ਦੇ ਉੱਪਰ ਫਰਾਂਸ ਰਾਜ ਕਰੇਗਾ। ਖਾਸ ਗੱਲ ਇਹ ਹੈ ਕਿ ਫਰਾਂਸ ਤੇ ਸਪੇਨ ਦੇ ਵਿਚਕਾਰ ਇਸ ਆਈਲੈਂਡ ਨੂੰ ਲੈ ਕੇ ਅੱਜ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਝਗੜਾ ਨਹੀਂ ਹੋਇਆ। ਕਿਸੇ ਵੀ ਇਨਸਾਨ ਦੀ ਮੱਛਰ ਦੇ ਕਾਰਨ ਮੌਤ ਉਦੋਂ ਹੋਵੇਗੀ ਜਦੋਂ ਉਸ ਨੂੰ 2 ਮਿਲੀਅਨ ਮੱਛਰ ਕੱਟ ਲੈਣਗੇ, ਕਿਉਂਕਿ ਇੱਕ ਮੱਛਰ ਤੁਹਾਡੇ ਸਰੀਰ ਦੇ ਵਿੱਚੋਂ 0.01 ml ਜਿੰਨਾ ਖੂਨ ਕੱਢ ਲੈਂਦਾ ਹੈ ਆਪਣੇ ਡੰਕ ਦੇ ਨਾਲ, ਤੇ ਖੂਨ ਘਟਣ ਦੇ ਨਾਲ ਮੌਤ ਹੋਣ ਦੇ ਲਈ ਇਨਸਾਨ ਨੂੰ 2 ਮਿਲੀਅਨ ਮੱਛਰਾਂ ਤੋਂ ਆਪਣੇ ਆਪ ਨੂੰ ਕਟਵਾਉਣਾ ਪਵੇਗਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਡਾਕਟਰਾਂ ਦੀ ਲਿਖਾਈ ਕਿਉਂ ਖਰਾਬ ਹੁੰਦੀ ਹੈ। ਡਾਕਟਰਾਂ ਦੀ ਲਿਖਾਈ ਖਰਾਬ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਟਾਈਮ ਦੀ ਕਮੀ, ਯਾਨੀ ਕਿ ਸਮੇਂ ਦੀ ਘਾਟ। ਤੁਸੀਂ ਦੇਖਿਆ ਹੀ ਹੋਣਾ ਕਿ ਡਾਕਟਰਾਂ ਦੇ ਕੋਲ ਹਰ ਰੋਜ਼ ਕਿੰਨੇ ਮਰੀਜ਼ ਆਉਂਦੇ ਨੇ, ਤੇ ਡਾਕਟਰਾਂ ਦੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਉਹ ਇੱਕ ਮਰੀਜ਼ ਦੇ ਉੱਪਰ ਆਪਣਾ ਪੂਰਾ ਧਿਆਨ ਦੇ ਸਕਣ। ਉੱਥੇ ਜ਼ਿਆਦਾਤਰ ਡਾਕਟਰਾਂ ਦੇ ਕੋਲ ਮਰੀਜ਼ਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਤੇ ਡਾਕਟਰ ਹਮੇਸ਼ਾ ਹੜਬੜੀ ਦੇ ਵਿੱਚ ਹੀ ਰਹਿੰਦੇ ਨੇ। ਇਹੀ ਕਾਰਨ ਹੈ ਕਿ ਸਮੇਂ ਦੀ ਕਮੀ ਅਤੇ ਹੜਬੜੀ ਦੇ ਕਾਰਨ ਡਾਕਟਰ ਹਮੇਸ਼ਾ ਜਲਦਬਾਜ਼ੀ ਦੇ ਵਿੱਚ ਹੀ ਦਵਾਈ ਲਿਖਦੇ ਨੇ, ਜਿਸ ਕਰਕੇ ਉਹਨਾਂ ਦੀ ਲਿਖਾਈ ਖਰਾਬ ਹੁੰਦੀ ਹੈ। ਇਹ ਸਾਂਝੀ ਕੁਝ ਰੌਚਕ ਤੱਥ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ। ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀ ਵੀ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ।